ਕੋਰੋਨਾ ਵਾਇਰਸ ਦੀ ਫੈਲ ਰਹੀ ਚੇਨ ਨੂੰ ਤੋੜਨ ਲਈ ਪਿਛਲੇ ਕਈ ਦਿਨਾਂ ਤੋਂ ਸਰਕਾਰ ਵੱਲੋਂ ਸੂਬੇ 'ਚ ਲਗਾਏ ਗਏ ਕਰਫਿਊ ਦੌਰਾਨ ਅੱਜ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅਪਨੀਤ ਰਿਆਤ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਵੇਰੇ 5 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਛੂਟ ਦਿੱਤੀ ਗਈ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੰਬੰਧਿਤ ਕੈਮਿਸਟਾਂ ਵੱਲੋਂ ਦੁਕਾਨਾਂ ਖੋਲ੍ਹਣ ਸਮੇਂ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਦਿਆਂ ਹੋਇਆਂ ਮਾਰਕਿੰਗ ਨੂੰ ਵੀ ਯਕੀਨੀ ਬਣਾਇਆ ਗਿਆ। ਇਸ ਤੋਂ ਇਲਾਵਾ ਹਰ ਮੈਡੀਕਲ ਦੀ ਦੁਕਾਨ ਅੱਗੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਅਤੇ ਦੁਕਾਨਾਂ ਅੱਗੇ ਕਿਸੇ ਵੀ ਤਰ੍ਹਾਂ ਦੀ ਭੀੜ ਇਕੱਠੀ ਨਹੀਂ ਹੋਣ ਦਿੱਤੀ ਗਈ। ਸਿਸਟਮ ਇਹ ਵਧੀਆ ਜਿਹੜਾ ਸਰਕਾਰ ਨੇ ਬਣਾਇਆ ਔਰ ਅਸੀਂ ਇਹ ਕੋਰੋਨਾ ਵਾਇਰਸ ਦੀ ਰੋਕ ਕਰਨ ਲਈ ਆਪੇ ਹੀ ਬਿਮਾਰੀ ਰੋਕ ਕਰਨੀ ਹੈ ਕੰਟਰੋਲ ਕਰਨੀ। ਪ੍ਰਦੀਪ ਕੁਮਾਰ ਜੀ ਐਸੀ ਪ੍ਰਦੀਪ ਕੁਮਾਰ ਇਹ 5 ਤੋਂ 8 ਹੈ ਜੀ। ਇਹ ਠੀਕ 5 ਵਜੇ 5 ਮਿੰਟ 'ਤੇ ਦੁਕਾਨਾਂ ਖੁੱਲ੍ਹਣ ਲੱਗੀ ਸੀ। ਬਹੁਤ ਵਧੀਆ ਜੀ, ਕੋਈ ਇੰਨਾ ਜ਼ਿਆਦਾ ਰਸ਼ ਵੀ ਨਹੀਂ ਪਿਆ ਜੀ, ਬਿਲਕੁਲ ਵਧੀਆ ਤਰੀਕੇ ਨਾਲ ਸਾਰਾ ਕੰਮ ਹੋ ਗਿਆ ਪ੍ਰੋਪਰ, ਕਾਮਯਾਬ ਹੋਣ ਵਾਲਾ ਜੀ ਅਤੇ ਬਿਮਾਰੀ ਤੋਂ ਵੀ ਬਚਣ ਵਾਲਾ ਸਿਸਟਮ ਹੈ, ਬਿਲਕੁਲ ਸਹੀ ਹੈ ਠੀਕ ਹੈ। ਅਤੇ ਲੋੜਵੰਦ ਨੂੰ ਦਵਾਈ ਵੀ ਟਾਈਮ ਨਾਲ ਮਿਲ ਗਈ ਸਾਰਾ, ਕੋਈ ਸਰ ਕੋਈ ਪ੍ਰੋਬਲਮ ਨਹੀਂ ਆਈ, ਬਿਲਕੁਲ ਸਹੀ ਤਰੀਕੇ ਨਾਲ ਕੰਮ ਆਇਆ। ਅਸੀਂ 6 ਵਜੇ ਆਏ ਸੀ ਜੀ, ਰਿਸਪੋਂਸ ਬਹੁਤ ਵਧੀਆ ਜੀ, ਟਾਈਮ ਬਹੁਤ ਥੋੜ੍ਹਾ ਦਿੱਤਾ ਵਾ, ਇਹਦੇ 'ਚ ਕਸਟਮਰ ਜਿਹੜਾ ਵਾ ਬਹੁਤ ਖਰਾਬ ਹੋ ਰਿਹਾ ਵਾ, ਟਾਈਮ ਵਧਾਉਣਾ ਚਾਹੀਦਾ ਵਾ। ਰਸ਼ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਵਾ, ਰਸ਼ ਇਸ ਵੇਲੇ ਸਾਰੀਆਂ ਦੁਕਾਨਾਂ ਖੁੱਲੀਆਂ, ਸਾਹਮਣੇ ਰਾਸ਼ਨ ਮੁੱਕਦਾ ਨਹੀਂ ਪਿਆ। ਫਾਰਮੂਲਾ ਵਧੀਆ ਹੈਗਾ ਵਾ, ਡੀ ਸੀ ਸਾਹਿਬ ਜੋ ਬਹੁਤ ਸਿਆਣੇ ਆ, ਜੋ ਕਰਦੇ ਬਹੁਤ ਵਧੀਆ ਕਰਦੇ ਪਏ। ਹਾਂਜੀ, ਬਾਕੀ ਪਬਲਿਕ ਨੂੰ ਸਹੂਲਤ ਵਾਸਤੇ ਇਸ ਤਰ੍ਹਾਂ ਜਦੋਂ ਸੇਵਾ ਕਰੂਗੇ, ਜਿੱਦਾਂ ਉਹਨਾਂ ਦੇ ਹੁਕਮ ਹੋਣਗੇ ਉੱਦਾਂ ਹੀ ਕਰਾਂਗੇ। ਟਾਈਮ ਵਧਾਉਣਾ ਚਾਹੀਦਾ, ਕਸਟਮਰ ਦੀ ਗੱਲ ਪੂਰਾ ਨਹੀਂ ਭੁਗਤਦਾ ਪਿਆ ਕੋਈ। Are you ready to study? We have the Hoshi Yarpers No. 1 Institute, well equipped labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce.